ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਸ਼ੇਡਸ ਬਾਈ ਦਿਲਜੋਤ ਬੁਟੀਕ ਯੂਟਿਊਬ ਚੈਨਲ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਯੂਟਿਊਬ ਚੈਨਲ 'ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਆਪਣੀ ਕਲੈਕਸ਼ਨ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨ ਆਈ ਹਾਂ ਜੋ ਕਿ ਮੈਂ ਡਿਸਪੈਚ ਕਰਨ ਜਾ ਰਹੀ ਸੀ ਅਤੇ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਨੂੰ ਪਤਾ ਮੇਰੇ ਡਾਇਲੋਗ ਸੇਮ ਰਹਿ ਜਾਂਦੇ ਆ ਬਟ ਫਿਰ ਹੋਰ ਮੈਂ ਗੱਲ ਵੀ ਕੀ ਕਰਾਂ ਹੈ ਨਾ ਅਤੇ ਜੇ ਬਾਹਲੀਆਂ ਗੱਲਾਂ ਮਾਰੀਏ ਤਾਂ ਫਿਰ ਪੁਆਇੰਟ ਆਊਟ ਕੀਤਾ ਜਾਂਦਾ ਇਸ ਕਰਕੇ ਮੈਂ ਇਹੀ ਚੀਜ਼ ਹੀ ਮੈਨੂੰ ਠੀਕ ਹੈ ਕਿ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਂ ਤੁਹਾਡੇ ਸਾਰਿਆਂ ਨਾਲ ਆਪਣੀ ਕਲੈਕਸ਼ਨ ਸ਼ੇਅਰ ਕਰਨ ਜਾ ਰਹੀ ਹਾਂ ਜਿਹਦੇ ਵਿੱਚੋਂ ਮੈਂ ਪਹਿਲਾ ਸੂਟ ਲੈ ਕੇ ਆਈ ਹਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਜੋ ਕਿ ਜੋਰਜੈਟ ਫੈਬਰਿਕ 'ਤੇ ਰੈਡੀ ਕੀਤਾ ਗਿਆ ਅਤੇ ਇਹ ਸਾਰਾ ਹੈਂਡ ਪੇਂਟ ਕੀਤਾ ਗਿਆ ਅਤੇ ਇਹ ਇੱਕ ਫੋਟੋ ਤੋਂ ਹੀ ਰੈਡੀ ਕੀਤਾ ਗਿਆ ਔਨ ਆਰਡਰ ਹੀ ਰੈਡੀ ਕੀਤਾ ਗਿਆ ਜਿਹੜੀ ਚੀਜ਼ ਮੈਂ ਖੁਦ ਡਿਜ਼ਾਇਨ ਕੀਤੀ ਹੋਏਗੀ ਉਹ ਵੀ ਮੈਂ ਤੁਹਾਨੂੰ ਦੱਸੂਗੀ ਜਿਹੜੀ ਮੈਂ ਫੋਟੋ ਤੋਂ ਕੀਤੀ ਹੋਊਗੀ ਰੈਡੀ ਮੈਂ ਉਹ ਵੀ ਦੱਸੂਗੀ ਅਸੀਂ ਝੂਠ ਨਹੀਂ ਬੋਲਾਂਗੇ ਅਸੀਂ ਸੱਚ ਬੋਲਾਂਗੇ ਅਤੇ ਬਾਕੀ ਤੁਸੀਂ ਸੂਟ ਦੇਖ ਹੀ ਸਕਦੇ ਹੋ ਬਹੁਤ ਹੀ ਸੋਹਣਾ ਬਣ ਕੇ ਆਇਆ ਅਤੇ ਜਿਹੜਾ ਇਹਨਾਂ ਦੁਪੱਟਾ ਹੈ ਉਹ ਵੀ ਜੋਰਜੈਟ ਦਾ ਹੈ ਔਰ ਦੁਪੱਟੇ 'ਤੇ ਵੀ ਕੰਮ ਕੀਤਾ ਗਿਆ ਦੁਪੱਟੇ 'ਤੇ ਵੀ ਮਤਲਬ ਕਿ ਇੱਦਾਂ ਫਲਾਵਰਸ ਪਾਏ ਗਏ ਆ ਮੋਨਿਆਂ ਦੇ ਵਿੱਚ ਔਰ ਨਿੱਕੇ ਨਿੱਕੇ ਸਾਰੇ ਦੁਪੱਟੇ ਦੇ ਵਿੱਚ ਪਾਏ ਗਏ ਆ ਤੁਸੀਂ ਦੇਖ ਹੀ ਸਕਦੇ ਹੋ ਸੂਟ ਬਹੁਤ ਸੋਹਣਾ ਬਣ ਕੇ ਆਇਆ ਔਰ ਕੰਮ ਦੀ ਫਿਨਿਸ਼ਿੰਗ ਤੁਸੀਂ ਦੇਖ ਹੀ ਸਕਦੇ ਹੋ ਜੋ ਕਿ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਅਤੇ ਮੇਰਾ ਡਾਇਲੋਗ ਬਹੁਤ ਹੁੰਦਾ ਜੋ ਕਿ ਤੁਹਾਡੇ ਸਾਰਿਆਂ ਦੇ ਸਾਹਮਣੇ ਮੈਂ ਕੋਸ਼ਿਸ਼ ਕਰਾਂਗੀ ਕਿ ਇਸ ਵਲੌਗ 'ਚ ਮੈਂ ਇਹ ਮਤਲਬ ਲਾਈਨ ਘੱਟ ਬੋਲਾਂ ਕਿ ਜੋ ਕਿ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਮੈਨੂੰ ਬੋਲਣਾ ਹੀ ਪੈਣਾ ਇਹ ਵਾਲਾ ਬਟ ਮੈਂ ਕੋਸ਼ਿਸ਼ ਕਰਾਂਗੀ ਮੈਂ ਘੱਟ ਬੋਲਾਂ ਹੈ ਨਾ ਅਤੇ ਬਾਕੀ ਸੂਟ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਅਤੇ ਇਹਦੇ ਨਾਲ ਦੇ ਸੋਰੀ ਇਹਦੇ ਨਾਲ ਦਾ ਇੱਕ ਹੋਰ ਮੈਂ ਸੂਟ ਰੈਡੀ ਕੀਤਾ ਐਕਚੁਅਲ ਜੀ ਮੈਨੂੰ ਇੱਕੋ ਕਸਟਮਰ ਨੇ ਦੋ ਸੂਟ ਬੋਲੇ ਸੀਗੇ ਵੈਸੇ ਮੈਂ ਉਹ ਡੰਮੀ ਤੇ ਲਗਾ ਕੇ ਦਿਖਾਈ ਦੀ ਹੈ ਨਾ ਕਲਰ ਉਹ ਵੀ ਬਹੁਤ ਪਿਆਰਾ ਮੈਂ ਤੁਹਾਨੂੰ ਡੰਮੀ ਤੇ ਲਗਾ ਕੇ ਦਿਖਾਉਣੀ ਆ ਅਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਤੁਸੀਂ ਕਿਸੇ ਵੀ ਫੈਬਰਿਕ ਔਰ ਕਿਸੇ ਵੀ ਕਲਰ 'ਤੇ ਸੂਟ ਰੈਡੀ ਕਰਾ ਸਕਦੇ ਹੋ ਅਤੇ ਵਟਸਐਪ ਨੰਬਰ ਮੈਂ ਸਕਰੀਨ 'ਤੇ ਸ਼ੇਅਰ ਕੀਤਾ ਹੀ ਹੋਇਆ ਔਰ ਇੰਸਟਾਗ੍ਰਾਮ ID ਵੀ ਮੇਰੀ ਸਕਰੀਨ 'ਤੇ ਸ਼ੇਅਰ ਕੀਤੀ ਹੋਈ ਹੈ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਅਤੇ ਹੁਣ ਮੈਂ ਲੈ ਕੇ ਆ ਰਹੀ ਹਾਂ ਆਪਣਾ ਸੈਕਿੰਡ ਸੂਟ ਮੈਂ ਤੁਹਾਡੇ ਸਾਰੇ ਸਾਹਮਣੇ ਲੈ ਕੇ ਆਈ ਹਾਂ ਆਪਣਾ ਸੈਕਿੰਡ ਸੂਟ ਜਿਹੜਾ ਕਿ ਸੇਮ ਪਹਿਲੇ ਦੀ ਤਰ੍ਹਾਂ ਹੀ ਆ ਅਤੇ ਜਿਹੜਾ ਕਿ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਮੈਂ ਚਲੋ ਤੁਹਾਨੂੰ ਉੱਦਾਂ ਦਿਖਾ ਦਿੰਦੀ ਹਾਂ ਬਟ ਮੈਂ ਸੋਚਿਆ ਨਹੀਂ ਡੰਮੀ 'ਤੇ ਲਗਾ ਕੇ ਦਿਖਾਵਾਂ ਕਿਉਂਕਿ ਇਹ ਵੀ ਕਲਰ ਬਹੁਤ ਹੀ ਪਿਆਰਾ ਬਣ ਗਿਆ ਹੈ ਅਤੇ ਬਹੁਤ ਸੋਹਣਾ ਲੱਗਦਾ ਪਿਆ ਇਹ ਵੀ ਕੰਬੀਨੇਸ਼ਨ ਇਹ ਕਲਰ ਉਹਨਾਂ ਨੇ ਡਿਮਾਂਡ ਕੀਤੀ ਸੀ ਕਸਟਮਰ ਨੇ ਕਿ ਸਾਨੂੰ ਇਸ ਕਲਰ 'ਤੇ ਕੰਮ ਚਾਹੀਦਾ ਅਤੇ ਸੇਮ ਅਸੀਂ ਸੇਮ ਸੂਟ ਬਣਾਏ ਆ ਬਸ ਇਹ ਆ ਕਿ ਕਲਰ ਦਾ ਫਰਕ ਆ ਫੈਬਰਿਕ ਸੇਮ ਆ ਜੋਰਜੈਟ ਫੈਬਰਿਕ 'ਤੇ ਹੀ ਬਣਾਇਆ ਗਿਆ ਇਹ ਸੂਟ ਅਤੇ ਇਹਨਾਂ ਦੀਆਂ ਬਾਹਾਂ 'ਤੇ ਵੀ ਕੰਮ ਕੀਤਾ ਗਿਆ ਮੈਂ ਹਮੇਸ਼ਾ ਤੁਹਾਨੂੰ ਦੱਸਦੀ ਹੁੰਦੀ ਹਾਂ ਜਿਹੜਾ ਨੈਕ 'ਤੇ ਜਾਂ ਘੇਰੇ 'ਤੇ ਕਿਤੇ ਵੀ ਕੰਮ ਹੁੰਦਾ ਉਹ ਬਾਹਾਂ 'ਤੇ ਵੀ ਕੰਮ ਹੁੰਦਾ ਅਤੇ ਇਹਦੀਆਂ ਬਾਹਾਂ 'ਤੇ ਵੀ ਕੰਮ ਕੀਤਾ ਗਿਆ ਸੂਟ ਇਹ ਵੀ ਬਹੁਤ ਸੋਹਣਾ ਬਣ ਗਿਆ ਹੈ ਜੋ ਕਿ ਤੁਸੀਂ ਰੀਲਸ 'ਚ ਵੈਸੇ ਦੇਖ ਹੀ ਚੁੱਕੇ ਹੋ ਕਿਉਂਕਿ ਮੇਰੀਆਂ ਰੀਲਸ ਜੋ ਹੁੰਦੀਆਂ ਉਹ ਛੇਤੀ ਅਪਲੋਡ ਹੋ ਜਾਂਦੀਆਂ ਅਤੇ ਮੇਰਾ ਵਲੌਗ ਥੋੜ੍ਹੀ ਲੇਟ ਹੋ ਜਾਂਦਾ ਹਜੇ ਤੁਹਾਨੂੰ ਪਤਾ ਸਾਰਿਆਂ ਨੂੰ ਇੱਕ ਵਲੌਗ ਐਡਿਟ ਕਰਨ ਵਾਲਾ ਪਿਆ ਬਟ ਜੋ ਬਣ ਇਹਨੇ ਐਡਿਟ ਨਹੀਂ ਕਰਕੇ ਦਿੰਦੇ ਵੀ ਕਿਉਂਕਿ ਇਹ ਔਫਿਸ ਜਾਂਦੇ ਆ ਉਸ ਕਰਕੇ ਇਹਨਾਂ ਦਾ ਟਾਈਮ ਘੱਟ ਲੱਗਦਾ ਅਤੇ ਐਡੀਟਿੰਗ ਮੈਨੂੰ ਪ੍ਰੋਪਰ ਕਰਨੀ ਨਹੀਂ ਆਉਂਦੀ ਨਹੀਂ ਤਾਂ ਮੈਂ ਐਡਿਟ ਕਰਕੇ ਹੈ ਨਾ ਮੈਂ ਹੀ ਅਪਲੋਡ ਕਰ ਦਿਆ ਕਰਾਂ ਬਟ ਜੋ ਬਣ ਮੈਨੂੰ ਵਾਲ ਸਿਖਾ ਦਿਓ ਹੈ ਨਾ ਫਿਰ ਮੈਂ ਆਪੇ ਅਪਲੋਡ ਕਰ ਲਿਆ ਕਰਾਂਗੀ ਹੁਣ ਮੈਨੂੰ ਇੰਨਾ ਜ਼ਿਆਦਾ ਹੈ ਕਿ ਹਾਂ ਵੀ ਮੇਰਾ ਪਹਿਲਾ ਵਾਲਾ ਵਲੌਗ ਹਜੇ ਅਪਲੋਡ ਨਹੀਂ ਹੋਇਆ ਅਤੇ ਮੈਂ ਸੈਕਿੰਡ ਜਿਹੜਾ ਸ਼ੂਟ ਕਰ ਰਹੀ ਹਾਂ ਕਿਉਂਕਿ ਮੈਨੂੰ ਇਹ ਹੁੰਦਾ ਕਿ ਤੁਹਾਨੂੰ ਸਮੇਂ 'ਤੇ ਹੈ ਨਾ ਹਰ ਵਲੌਗ ਮਿਲਦਾ ਰਹੇ ਬਟ ਥੋੜ੍ਹਾ ਬਿਜ਼ੀ ਹੋਣ ਕਰਕੇ ਸਾਡਾ ਲੇਟ ਹੁੰਦਾ ਨਹੀਂ ਤਾਂ ਅਸੀਂ ਪੂਰੀ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਵਲੌਗ ਅਸੀਂ ਟਾਈਮ ਟੂ ਟਾਈਮ ਅਪਡੇਟ ਕਰਦੇ ਰਹੀਏ ਮੈਨੂੰ ਪਤਾ ਦਿਨਾਂ ਦਾ ਬਹੁਤ ਜ਼ਿਆਦਾ ਗੈਪ ਪੈ ਜਾਂਦਾ ਜਿਹਦੇ ਕਰਕੇ ਮਤਲਬ ਕਿ ਸਾਰਾ ਕੁਛ ਅਨਬੈਲੈਂਸ ਹੋ ਜਾਂਦਾ ਬਟ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਅਤੇ ਹੁਣ ਮੈਂ ਲੈ ਕੇ ਆ ਰਹੀ ਹਾਂ ਆਪਣਾ ਤੀਸਰਾ ਸੂਟ ਥਰਡ ਸੂਟ ਲੈ ਕੇ ਆ ਰਹੀ ਹਾਂ ਅਤੇ ਉਹ ਮੇਰਾ ਲਾਸਟ ਸੂਟ ਹੋਊਗਾ ਕਿ ਆਪਾਂ ਥੋੜ੍ਹੇ ਜਿਹੇ ਉਹ ਵਾਲੇ ਵੀ ਪੇਂਟ ਵਾਲੇ ਸੂਟ ਸ਼ੇਅਰ ਕਰਦੀ ਹੈ ਜੋ ਆਪਾਂ ਸੈਂਪਲ ਨਵੇਂ ਰੈਡੀ ਕੀਤੇ ਆ ਹੈ ਨਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਅੱਜ ਉਹ ਮੈਂ ਸੈਂਪਲ ਹੀ ਰੈਡੀ ਕੀਤੇ ਆ ਅਤੇ ਉਹ ਮੇਰੇ ਕੋਲ ਅਵੇਲੇਬਲ ਹੋਣਗੇ ਉਹ ਤੁਹਾਨੂੰ ਔਨ ਡਿਮਾਂਡ ਵੀ ਰੈਡੀ ਨਹੀਂ ਕਰਵਾਉਣੇ ਪੈਣਗੇ ਮਤਲਬ ਤੁਸੀਂ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਆ ਮੇਰੇ ਕਹਿਣ ਦਾ ਮਤਲਬ ਹੈ ਕਿ ਉਹ ਮੇਰੇ ਕੋਲ ਬਣੇ ਹੋਏ ਅਵੇਲੇਬਲ ਹੋਣਗੇ ਅਗਰ ਤੁਸੀਂ ਲੈਣੇ ਹੋਣਗੇ ਤਾਂ ਉਹ 2 ਤੋਂ 3 ਦਿਨਾਂ ਦੇ ਅੰਦਰ ਤੁਹਾਡੇ ਕੋਲ ਪਹੁੰਚ ਜਾਣਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਔਨ ਡਿਮਾਂਡ ਜਿਹੜਾ ਸੂਟ ਰੈਡੀ ਕਰਦੇ ਹਾਂ ਉੱਥੇ ਸਾਨੂੰ ਹਫ਼ਤੇ ਤੋਂ 10 ਦਿਨ ਲੱਗ ਜਾਂਦੇ ਆ ਕਿਉਂਕਿ ਉਹ ਅਸੀਂ ਪ੍ਰੋਪਰ ਤਿਆਰ ਕਰਨਾ ਹੁੰਦਾ
ਤੇ ਬਾਕੀ ਜਿਹੜਾ ਅਵੇਲੇਬਲ ਹੈ ਉਹ ਤਾਂ 2 ਤੋਂ 3 ਦਿਨਾਂ ਤੱਕ ਤੁਹਾਡੇ ਕੋਲ ਪਹੁੰਚ ਜਾਂਦਾ ਹੈ ਤੇ ਬਾਕੀ ਹੁਣ ਮੈਂ ਲੈ ਕੇ ਆ ਰਹੀ ਹਾਂ ਆਪਣਾ ਤੀਸਰਾ ਸੂਟ। ਹੁਣ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਲੈ ਕੇ ਆਈ ਹਾਂ ਆਪਣਾ ਤੀਸਰਾ ਸੂਟ ਜਿਹੜਾ ਕਿ ਉਹ ਵੀ ਹੈਂਡ ਪੇਂਟ ਸੂਟ ਹੈ ਔਰ ਜੋਰਜਟ ਫੈਬਰਿਕ ਤੇ ਰੈਡੀ ਕੀਤਾ ਗਿਆ ਹੈ। ਇਹ ਵੀ ਇੱਕ ਫੋਟੋ ਤੋਂ ਹੀ ਰੈਡੀ ਕੀਤਾ ਗਿਆ ਅਤੇ ਕਸਟਮਰ ਨੇ ਕਲਰ ਦੀ ਡਿਮਾਂਡ ਕੀਤੀ ਸੀ ਇਸ ਕਰਕੇ ਅਸੀਂ ਉਸ ਕਲਰ ਦਾ ਸੂਟ ਬਣਾਇਆ ਔਰ ਇਹਦੇ ਉੱਪਰ ਅਸੀਂ ਕਲਰ ਕੰਬੀਨੇਸ਼ਨ ਉੱਦਾਂ ਦੇ ਮਤਲਬ ਯੂਜ਼ ਕੀਤੇ ਆ ਜਿਹੜੇ ਜ਼ਿਆਦਾ ਸੂਟ ਕਰਦੇ ਸੀਗੇ। ਬਾਕੀ ਪਹਿਲਾਂ ਅਸੀਂ ਇਹ ਸੋਚਿਆ ਸੀਗਾ ਵੀ ਇਹਦੇ 'ਤੇ ਰਾਣੀ ਕਲਰ ਯੂਜ਼ ਕਰਕੇ ਦੇਖਦੇ ਹਾਂ ਮਜੈਂਟਾ, ਬਟ ਉਹ ਸਾਨੂੰ ਇੰਨਾ ਮਤਲਬ ਵਧੀਆ ਨਹੀਂ ਲੱਗਿਆ ਇਸ ਕਰਕੇ ਅਸੀਂ ਇਹ ਵਾਲਾ ਕਲਰ ਯੂਜ਼ ਕੀਤਾ। ਸੂਟ ਤੁਸੀਂ ਦੇਖ ਹੀ ਸਕਦੇ ਹੋ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਬਣ ਗਿਆ ਹੈ ਅਤੇ ਸੂਟ ਵੀ ਬਹੁਤ ਸੋਹਣਾ ਬਣ ਗਿਆ ਆ। ਅਤੇ ਇਹਦੀਆਂ ਬਾਹਾਂ 'ਤੇ ਵੀ ਇੱਦਾਂ ਪੇਂਟ ਕੀਤਾ ਗਿਆ ਅਤੇ ਦੁਪੱਟੇ 'ਤੇ ਵੀ ਸਾਰੇ 'ਤੇ ਕੰਮ ਕੀਤਾ ਗਿਆ ਤੁਸੀਂ ਦੇਖ ਹੀ ਸਕਦੇ ਹੋ। ਦੁਪੱਟੇ 'ਤੇ ਇੱਦਾਂ ਪੂਰੀ ਵੇਲ ਪਾਈ ਗਈ ਹੈ ਦੋਨੋਂ ਸਾਈਡ 'ਤੇ ਔਰ ਮਤਲਬ ਇੱਦਾਂ ਦੀ ਬੂਟੀ ਪਾਈ ਗਈ ਆ। ਸੂਟ ਇਹ ਵੀ ਬਹੁਤ ਪਿਆਰਾ ਬਣ ਗਿਆ ਹੈ। ਅਗਰ ਤੁਸੀਂ ਔਡਰ ਕਰਨਾ ਚਾਹੁੰਦੇ ਹੋ ਤਾਂ ਵਟਸਐਪ ਨੰਬਰ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਹੀ ਹੈ, ਤੁਸੀਂ ਮੈਨੂੰ ਉੱਥੇ ਮੈਸੇਜ ਕਰ ਸਕਦੇ ਹੋ। ਅਤੇ ਹੁਣ ਮੈਂ ਲੈ ਕੇ ਆ ਰਹੀ ਹਾਂ ਆਪਣੇ ਅਗਲੇ ਸੈਂਪਲ। ਇਹ ਸੂਟ ਸੀਗੇ ਜੋ ਕਿ ਮੈਂ ਡਿਸਪੈਚ ਕਰਨ ਜਾ ਰਹੀ ਸੀਗੀ ਅਤੇ 1-2 ਸੂਟ ਹੋਰ ਸੀਗੇ ਬਹੁਤ ਸੋਹਣੇ ਬਣ ਕੇ ਆਏ ਸੀ ਪਰ ਤੁਸੀਂ ਰੀਲਸ 'ਚ ਦੇਖੇ ਹੋਣੇ ਆ ਅਤੇ ਉਹ ਮੈਨੂੰ ਸ਼ੇਅਰ ਕਰਨ ਦਾ ਮੌਕਾ ਨਹੀਂ ਮਿਲਿਆ। ਬਟ ਚਲੋ ਕੋਈ ਗੱਲ ਨਹੀਂ, ਹੈ ਨਾ, ਰੀਲਸ 'ਚ ਮੈਂ ਤੁਹਾਡੇ ਨਾਲ ਸ਼ੇਅਰ ਕਰਤੇ ਸੀਗੇ। ਅਤੇ ਬਾਕੀ ਹੁਣ ਮੈਂ ਲੈ ਕੇ ਆ ਰਹੀ ਹਾਂ ਆਪਣੇ ਸੈਂਪਲ ਜਿਹੜੇ ਕਿ ਨਵੇਂ ਸੈਂਪਲ ਮੈਂ ਰੈਡੀ ਕੀਤੇ ਆ। ਅਤੇ ਉਸ ਤੋਂ ਪਹਿਲਾਂ 1 ਮਿੰਟ ਰੁਕੋ, ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਸੀਗੀ। ਇਹ ਮਤਲਬ ਕਰੇਪ ਦੇ ਫੈਬਰਿਕ 'ਤੇ ਟਾਈ ਐਂਡ ਡਾਈ ਵਾਲਾ ਜੋ ਕਿ ਮੈਂ ਤੁਹਾਨੂੰ ਪਿਛਲੇ ਵਲੋਗ 'ਚ ਦੱਸਿਆ, ਉਹ ਵਲੋਗ ਅਜੇ ਤੱਕ ਅਪਲੋਡ ਨਹੀਂ ਹੋਇਆ, ਹੋਪ ਇਸ ਤੋਂ ਪਹਿਲਾਂ ਉਹ ਅਪਲੋਡ ਹੋ ਜਾਏਗਾ। ਅਤੇ ਇਹਦੇ ਨਾਲ ਦੇ ਮੈਂ 1-2 ਪੀਸ ਸੇਲ ਕਰ ਚੁੱਕੀ ਹਾਂ ਅਤੇ ਇਹ ਬਹੁਤ ਹੀ ਵਧੀਆ ਮਤਲਬ ਫੈਬਰਿਕ ਆ ਔਰ ਬਹੁਤ ਹੀ ਵਧੀਆ ਅਤੇ ਮਤਲਬ ਕਲਰ ਕੰਬੀਨੇਸ਼ਨ ਆ ਰਿਹਾ ਹੈ। ਅਤੇ ਅਗਰ ਤੁਸੀਂ ਵੀ ਕਿਸੇ ਵੀ ਤਰੀਕੇ ਦਾ ਕਿਸੇ ਵੀ ਕਲਰ ਦਾ ਕਰਾਉਣਾ ਚਾਹੁੰਦੇ ਹੋ ਤਾਂ ਮੈਂ ਉਹ ਰੈਡੀ ਕਰ ਦਾਂਗੀ। ਅਤੇ ਹੁਣ ਮੈਂ ਲੈ ਕੇ ਆ ਰਹੀ ਹਾਂ ਆਪਣੀ ਸੈਂਪਲ। ਲੈ ਕੇ ਆਈ ਹਾਂ ਆਪਣੇ ਸੈਂਪਲ ਜਿਹੜੇ ਕਿ ਮੈਂ ਡਿਸਪੈਚ ਕਰਨ ਨਹੀਂ ਜਾ ਰਹੀ, ਹਜੇ ਮੈਂ ਜਸਟ ਰੈਡੀ ਕੀਤੇ ਆ ਤੁਹਾਡੇ ਸਾਰਿਆਂ ਦੇ ਵਾਸਤੇ। ਅਤੇ ਉਹਨਾਂ ਦੇ ਵਿੱਚੋਂ ਪਹਿਲਾ ਸੂਟ ਮੈਂ ਲੈ ਕੇ ਆਈ ਹਾਂ ਸੇਮ ਜੋਰਜਟ ਫੈਬਰਿਕ 'ਤੇ ਔਰ ਇਹਦੇ ਸਾਰੇ 'ਤੇ ਪੇਂਟ ਕੀਤਾ ਗਿਆ। ਤੁਸੀਂ ਦੇਖ ਹੀ ਸਕਦੇ ਹੋ ਸਾਰੇ ਹੀ ਸ਼ਰਟ 'ਤੇ ਪੇਂਟ ਆ, ਸਾਰਾ ਪੇਂਟ ਕੀਤਾ ਗਿਆ ਔਰ ਸਾਰੇ ਦੁਪੱਟੇ 'ਤੇ ਵੀ ਪੇਂਟ ਕੀਤਾ ਗਿਆ। ਇਹ ਵੀ ਜੋਰਜਟ ਫੈਬਰਿਕ 'ਤੇ ਆ, ਦੁਪੱਟਾ ਵੀ ਫੁੱਲ ਹੈਵੀ ਤਿਆਰ ਕੀਤਾ ਗਿਆ। ਅਤੇ ਇਹ ਸੂਟ ਮੈਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ 'ਤੇ ਪ੍ਰੋਵਾਈਡ ਕਰ ਰਹੀ ਹਾਂ ਕਿਉਂਕਿ ਇਹ ਮੈਂ ਹਜੇ ਖੁਦ ਤੋਂ ਆਪਣੇ ਸੈਂਪਲ ਰੈਡੀ ਕੀਤੇ ਆ। ਅਗਰ ਤੁਸੀਂ ਇਹ ਸੂਟ ਦਾ ਔਡਰ ਕਰਨਾ ਚਾਹੁੰਦੇ ਹੋ ਤਾਂ ਸਕਰੀਨ 'ਤੇ ਮੇਰਾ ਵਟਸਐਪ ਨੰਬਰ ਸ਼ੇਅਰ ਕੀਤਾ ਹੋਇਆ ਅਤੇ ਇਹ ਮੇਰੇ ਕੋਲ ਅਵੇਲੇਬਲ ਨੇ, ਇਹ ਪੀਸ ਮੇਰੇ ਕੋਲ ਅਵੇਲੇਬਲ ਨੇ। ਅਤੇ ਇਹ ਤੁਹਾਨੂੰ 2-3 ਦਿਨ ਦੇ ਅੰਦਰ ਤੁਹਾਡੇ ਕੋਲ ਪਹੁੰਚ ਜਾਏਗਾ। ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਮੇਰੇ ਨੂੰ ਮੈਸੇਜ ਕਰ ਸਕਦੇ ਹੋ। ਅਤੇ ਹੁਣ ਮੈਂ ਲੈ ਕੇ ਆ ਰਹੀ ਹਾਂ ਆਪਣਾ ਅਗਲਾ ਸੂਟ। ਲੈ ਕੇ ਆਈ ਆਪਣਾ ਅਗਲਾ ਸੈਂਪਲ ਜਿਹੜਾ ਕਿ ਜੋਰਜਟ ਫੈਬਰਿਕ 'ਤੇ ਹੀ ਰੈਡੀ ਕੀਤਾ ਗਿਆ ਔਰ ਇਹਦੇ 'ਤੇ ਵੀ ਹੈਂਡ ਪੇਂਟ ਕੀਤਾ ਗਿਆ। ਤੁਸੀਂ ਦੇਖ ਹੀ ਸਕਦੇ ਹੋ ਸਾਰੇ ਘੇਰੇ 'ਤੇ ਕੰਮ ਕੀਤਾ ਗਿਆ ਔਰ ਦੁਪੱਟੇ 'ਤੇ ਵੀ ਸਾਰੇ 'ਤੇ ਕੰਮ ਆ, ਇੱਦਾਂ ਕਰਕੇ ਫਲਾਰ ਪਾਏ ਗਏ ਆ ਔਰ ਨਿੱਕੀ ਨਿੱਕੀ ਬੂਟੀ ਸਾਰੇ ਦੁਪੱਟੇ 'ਚ ਪਾਈ ਗਈ, ਪੱਲਿਆਂ 'ਤੇ ਇੱਦਾਂ ਫਲਾਰ ਆ। ਅਤੇ ਇਹ ਵੀ ਸਾਡੇ ਕੋਲ ਅਵੇਲੇਬਲ ਆ, ਅਗਰ ਤੁਸੀਂ ਔਡਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਔਡਰ ਕਰ ਸਕਦੇ ਹੋ। ਅਤੇ ਇਹ ਵੀ ਸੂਟ ਤੁਹਾਨੂੰ 2-3 ਦਿਨਾਂ ਦੇ ਅੰਦਰ ਪਹੁੰਚ ਜਾਏਗਾ। ਸੂਟ ਇਹ ਵੀ ਬਹੁਤ ਸੋਹਣਾ ਬਣ ਕੇ ਆਇਆ ਸੀ। ਆਪਣੇ ਵੱਲੋਂ ਪੂਰੇ ਪਰਫੈਕਟ ਕਲਰ ਕੰਬੀਨੇਸ਼ਨ ਮਤਲਬ ਕਿ ਚੂਜ਼ ਕਰਦੇ ਹੁੰਦੇ ਹਾਂ। ਲਾਈਟ ਕਲਰ ਅਤੇ ਪੇਂਟ ਜਿਹੜਾ ਹੈ ਉਹ ਜ਼ਿਆਦਾ ਸੋਹਣਾ ਹੋ ਕੇ ਆਉਂਦਾ ਕਿਉਂਕਿ ਉਹਦੇ 'ਤੇ ਆਪਾਂ ਡਾਰਕ ਕਲਰ ਯੂਜ਼ ਕਰ ਸਕਦੇ ਹਾਂ। ਨੋ ਡਾਊਟ ਡਾਰਕ 'ਤੇ ਵੀ ਸੋਹਣਾ ਹੁੰਦਾ ਬਟ ਲਾਈਟ ਸਭ ਤੋਂ ਜ਼ਿਆਦਾ ਪਿਆਰਾ ਹੁੰਦਾ ਔਰ ਜੋ ਪੇਂਟ ਹੁੰਦਾ ਉਹ ਜੋਰਜਟ ਫੈਬਰਿਕ 'ਤੇ ਸਭ ਤੋਂ ਜ਼ਿਆਦਾ ਵਧੀਆ ਲੱਗਦਾ, ਮੈਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਦਾ। ਬਾਕੀ ਹਰ ਬੰਦੇ ਦੀ ਆਪਣੀ ਆਪਣੀ, ਹੈ ਨਾ, ਇੱਕ ਚੁਆਇਸ ਹੁੰਦੀ ਆ। ਅਤੇ ਬਾਕੀ ਸੂਟ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜਿਹੜੇ ਕਿ ਬਹੁਤ ਵਧੀਆ ਬਣ ਕੇ ਆਇਆ। ਅਤੇ ਹੁਣ ਮੈਂ ਲੈ ਕੇ ਆ ਰਹੀ ਹਾਂ ਆਪਣਾ ਲਾਸਟ ਸੂਟ, ਮਤਲਬ ਕਿ ਲਾਸਟ ਸੈਂਪਲ। ਅਤੇ ਚਲੋ ਫਿਰ
मैं लेके आई अपना लास्ट सैंपल जो कि वह भी जॉर्जेट फैब्रिक से रेडी किया गया है। बहुत ही प्यारा बन गया है तो सारे के सामने ही आ। ये भी फुल हैवी सूट आ, सारे सूट से काम किया गया, तुम देख सकते हो। और सारे दुपट्टे से भी काम किया गया, सूट बहुत ही सोहना बन गया है। अगर तुम इस सूट का ऑर्डर देना चाहते हो तो स्क्रीन पर मैं अपना वट्सअप नंबर शेयर कर चुकी हूँ, तुम मैंने मैसेज कर सकते हो। यह जो लास्ट 3 सूट मैं तुम्हें दिखाया ये मेरे को फिलहाल अवेलेबल नहीं, तो अगर मैं इन रील्स पहला शेयर कर चुकी हूँ तो हो सकता है कि यह निकल गए हो, बट कोई गल नहीं, अभी तुम ऑन ऑर्डर दोबारा तो रेडी कर देंगे। तो यह मेरी अज की कलैक्शन, तो जिमें भी मेरी कलैक्शन लगी हुई प्लीज़ कमेंट करके जरूर दसना। अगर मेरे तो कोई भुल हुई हो मैनू माफ़ करना, तो मेरी वीडियो नो लाइक शेयर तो कमेंट जरूर करना, तो मेरे चैनल में सबसक्राइब करना ना भूलना। तो हूँ मैं तुम्हें मिलती हूँ अपने अगले ब्लॉग से अपनी नवी कलैक्शन के साथ। सत श्री अकाल।